ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸਹਿਰ ਵਿਖੇ ਪਵ ਲਹਿਓ। ਹੇਮਕੁੰਡ ਦੇ ਤਪਸਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪਾਵਨ ਸਥਾਨ 'ਤੇ ਅਵਤਾਰ ਧਾਰਿਆ। ਅਵਤਾਰ ਧਾਰਨ ਤੋਂ ਬਾਅਦ ਸਤਿਗੁਰੂ ਜੀ ਮਹਾਰਾਜ ਜੀ ਜਦੋਂ ਪੰਜਾਬ ਨੂੰ ਜਾਣ ਲੱਗੇ, ਨਗਰ ਨਿਵਾਸੀ ਸੰਗਤਾਂ ਨੂੰ ਪਤਾ ਲੱਗਿਆ, ਬੇਨਤੀ ਕੀਤੀ। ਸਤਿਗੁਰੂ ਜੀ ਮਹਾਰਾਜ ਜੀ ਆਪ ਜੀ ਪੰਜਾਬ ਨੂੰ ਜਾ ਰਹੇ ਹੋ, ਸਾਡਾ ਨਿਯਮ ਬਣ ਚੁੱਕਿਆ ਹੈ, ਆਪ ਜੀ ਦਾ ਦਰਸ਼ਨ ਕਰਕੇ ਹੀ ਅਸੀਂ ਅੰਨ ਜਲ ਛਕਦੇ ਹਾਂ, ਕਿਰਪਾ ਕਰੋ ਸਾਨੂੰ ਇੱਥੇ ਹੀ ਸਦਾ ਲਈ ਦਰਸ਼ਨ ਦੀਦਾਰ ਬਖਸ਼ੋ। ਸਤਿਗੁਰੂ ਜੀ ਮਹਾਰਾਜ ਜੀ ਸੰਗਤਾਂ ਨੂੰ ਤੀਰਥ ਦਿੰਦਿਆਂ ਹੋਇਆਂ ਫੁਰਮਾਇਆ ਕਿ ਅਸੀਂ ਬਾਲ ਅਵਸਥਾ ਪੰਗੂਰਾ ਸਾਹਿਬ 'ਤੇ ਬਿਰਾਜਮਾਨ ਹੋ ਰਿਹਾ ਹਾਂ ਅਤੇ ਆਪਣੇ ਸਾਰੇ ਗਾਤਰੇ ਦਾ ਸ਼ਸਤਰ ਛੱਡ ਕੇ ਜਾ ਰਿਹਾ ਹਾਂ, ਜੋ ਸ਼ਰਧਾ ਭਾਵਨਾ ਦੇ ਨਾਲ ਸਾਡੇ ਸ਼ਸਤਰਾਂ ਦੇ ਦਰਸ਼ਨ ਕਰੇਗਾ, ਉਹਨਾਂ ਨੂੰ ਸਾਡੇ ਦਰਸ਼ਨਾਂ ਦੇ ਪ੍ਰਤੱਖ ਫਲ ਪ੍ਰਾਪਤ ਹੋਵੇਗਾ। ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਫਿਰ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇਹ ਹਨ ਬਾਲ ਅਵਸਥਾ ਦੇ ਸ਼ਸਤਰ, ਆਓ ਆਪਾਂ ਦਰਸ਼ਨ ਕਰੀਏ। ਬੋਲੇ ਸੋਨੇਹਾ ਇਹ ਹੈ ਸੈਭ। ਸਤਿਗੁਰੂ ਜੀ ਗਾਤਰੇ ਧਾਰਨ ਕਰਿਆ ਕਰਦੇ ਸਨ। ਇਹ ਹੈ ਦੋ ਚੱਕਰ, ਦੁਮਾਲੇ ਉੱਤੇ ਦਸਤਾਰ ਉੱਤੇ ਸਜਾਇਆ ਕਰਦੇ ਸਨ। ਇਹ ਹੈ ਚੱਕਰੀ, ਦੁਮਾਲੇ ਦੇ ਹੇਠਾਂ ਕੇਸਾਂ ਦੇ ਜੂਰੇ ਵਿੱਚ ਸਜਾਇਆ ਕਰਦੇ ਸਨ। ਇਹ ਹੈ ਖੰਡਾ, ਦੁਮਾਲੇ ਉੱਤੇ ਦਸਤਾਰ ਉੱਤੇ ਸਾਹਮਣੇ ਸਜਾਇਆ ਕਰਦੇ ਸਨ। ਇਹ ਹੈ ਚੰਦਨ ਦਾ ਕੰਘਾ, ਇਹਦੇ ਨਾਲ ਸਤਿਗੁਰੂ ਜੀ ਕੇਸ ਸਾਫ ਕਰਿਆ ਕਰਦੇ ਸਨ। ਇਹ ਹੈ ਖੰਜਰ, ਇਹਦਾ ਦੂਜਾ ਨਾਮ ਬਾਗ ਨਖੀ ਹੈ, ਸਤਿਗੁਰ ਜੀ ਕਮਰ ਕਸੇ ਵਿੱਚ ਸਜਾਇਆ ਕਰਦੇ ਸਨ। ਇਹ ਹੈ ਕਟਾਰ, ਸਤਿਗੁਰ ਜੀ ਦਾ ਕਮਰ ਕਸੇ ਦਾ ਸ਼ਸਤਰ ਹੈ। ਇਹ ਹੈ ਮਿੱਟੀ ਦਾ ਗੁਲੇਲਾ, ਇਹਦੇ ਨਾਲ ਸਤਿਗੁਰ ਜੀ ਬਾਲ ਅਵਸਥਾ ਵੀ ਚੋਜ ਕਰਿਆ ਕਰਦੇ ਸਨ। ਸਾਹਮਣੇ ਮਾਤਾ ਜੀ ਦਾ ਖੂਹ ਹੈ, ਨਗਰ ਨਿਵਾਸੀ ਬੀਬੀਆਂ ਉਸ ਖੂਹ ਤੋਂ ਜਲ ਭਰ ਕੇ ਆਪਣੇ ਘਰਾਂ ਨੂੰ ਵਾਪਸ ਜਾਂਦੀਆਂ। ਸਤਿਗੁਰੂ ਜੀ ਮਹਾਰਾਜ ਜੀ ਗੁਲੇਲੇ ਮਾਰ ਕੇ ਉਹਨਾਂ ਦੇ ਘਰੇ ਤੋੜ ਦਿੰਦੇ ਹਨ।
ਬੀਬੀਆਂ ਨੇ ਮਾਤਾ ਜੀ ਕੋਲ ਜਾ ਕੇ ਬੇਨਤੀ ਕੀਤੀ, ਮਾਤਾ ਜੀ ਅਸੀਂ ਗਰੀਬ ਪਰਿਵਾਰ ਹਾਂ, ਲਾਲ ਜੀ ਸਾਡੇ ਗੁਲੇਲੇ ਮਾਰ ਕੇ ਘਰਾਂ ਤੋੜ ਦਿੰਦੇ ਹਨ। ਮਾਤਾ ਜੀ ਕਹਿਣ ਲੱਗੇ, ਤੁਸੀਂ ਲੋਹੇ ਤਾਂਬੇ ਪਿੱਤਲ ਦੇ ਘੜਾ ਲਿਆਓ, ਮਿੱਟੀ ਦੇ ਗੁਲੇਲਿਆਂ ਦੇ ਨਾਲ ਨਹੀਂ ਟੁੱਟਣਗੇ। ਬੀਬੀਆਂ ਲੋਹੇ ਤਾਂਬੇ ਪਿੱਤਲ ਦੇ ਘੜਾ ਲਿਆਉਣ ਲੱਗੀਆਂ। ਸਤਿਗੁਰੂ ਜੀ ਮਹਾਰਾਜ ਜੀ ਲੋਹੇ ਦੇ ਚਾਰ ਤੀਰ ਤਿਆਰ ਕਰ। ਕੁਛ ਸਮੇਂ ਬੀਤਣ ਦੇ ਬਾਅਦ ਇੱਕ ਬੀਬੀ ਜਲ ਭਰ ਕੇ ਜਾ ਰਹੀ ਸੀ। ਸਤਿਗੁਰੂ ਜੀ ਨੇ ਮਾਰਿਆ ਤੀਰ, ਘੜਾ ਟੁੱਟ ਗਿਆ। ਬੀਬੀ ਬਹਿ ਕੇ ਰੋਣ ਲੱਗੀ। ਹਵੇਲੀ ਵਿੱਚ ਮਾਤਾ ਜੀ ਬਾਹਰ ਨਿਕਲੇ, ਵੇਖਿਆ ਲਾਲ ਜੀ ਉਹ ਰੋਂਦੀ ਹੈ, ਤੁਸੀਂ ਹੱਸ ਰਹੇ ਹੋ। ਹਾਂ ਮਾਤਾ ਜੀ, ਅਸੀਂ ਕੋਈ ਹਾਸੀ ਮਖੌਲ ਨਹੀਂ ਕੀਤਾ, ਅਸੀਂ ਤਾਂ ਭਲਾ ਹੀ ਕੀਤਾ ਹੈ। ਇਹਦੇ ਘਰ ਵਿੱਚ ਜ਼ਹਿਰੀਲਾ ਸੱਪ ਸੀ, ਅਸੀਂ ਸੱਪ ਨੂੰ ਮਾਰਿਆ ਹੈ। ਮਾਤਾ ਜੀ ਸੰਗਤਾਂ ਦੇ ਨਾਲ ਕੋਲ ਜਾ ਕੇ ਵੇਖਿਆ, ਵਾਕੇ ਹੀ ਤੀਰ ਦੇ ਨੁਖੀ ਨਾਲ ਸੱਪ ਰਿਨਿਆ ਹੋਇਆ ਮਰਿਆ ਹੋਇਆ ਹੈ। ਸਾਰੇ ਸੰਗਤਾਂ ਦੀਆਂ ਸਿਰ ਸ਼ਰਧਾ ਦੇ ਨਾਲ ਚੁੱਕ ਗਏ। ਮਾਤਾ ਜੀ ਨੇ ਬਚਨ ਕੀਤਾ, ਹੋਵੇ ਨਾ ਖੂਹ ਦਾ ਜਲ ਹੀ ਖਾਰਾ ਹੋ ਜਾਏ। ਮਾਤਾ ਜੀ ਦੇ ਮੁਖ ਬਚਨ ਨਿਕਲਣ ਦੀ ਦੇਰ ਸੀ, ਖੂਹ ਦਾ ਜਲ ਖਾਰਾ ਹੋ ਗਿਆ। ਨਗਰ ਨਿਵਾਸੀ ਸੰਗਤਾਂ ਨੇ ਬੇਨਤੀ ਕੀਤੀ, ਮਾਤਾ ਜੀ ਇਸੀ ਜਲ ਦੇ ਨਾਲ ਸਾਡੇ ਕਾਮ ਕਾਰਜ ਸਰਦੇ ਸਨ, ਕਿਰਪਾ ਕਰੋ, ਬਚਨ ਕਰ ਦਿਓ, ਖੂਹ ਦਾ ਜਲ ਮਿੱਠਾ ਹੋ ਜਾਏ। ਮਾਤਾ ਜੀ ਨੇ ਕਿਹਾ ਕਿ ਜੋ ਬਚਨ ਹੋਣਾ ਸੀ ਹੋ ਗਿਆ। ਹਾਂ, ਤੁਸੀਂ ਬੇਨਤੀ ਕੀਤੀ ਹੈ, ਅਸੀਂ ਬਚਨ ਕਰਦੇ ਹਾਂ ਕਿ ਦੂਰੋਂ ਨੇੜੋਂ ਸੰਗਤਾਂ ਇਸ ਪਾਵਨ ਅਸਥਾਨ 'ਤੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਣਗੀਆਂ, ਫਿਰ ਖੂਹ ਦਾ ਜਲ ਮਿੱਠਾ ਹੋ ਜਾਏਗਾ। ਮਾਤਾ ਜੀ ਦੇ ਬਚਨ 47 ਤੋਂ ਬਾਅਦ ਪੂਰੇ ਹੋਏ, ਹੁਣ ਖੂਹ ਦਾ ਜਲ ਮਿੱਠਾ ਹੈ, ਸੰਗਤਾਂ ਅੰਮ੍ਰਿਤ ਰੂਪ ਜਾਣ ਕੇ ਚੂਲੇ ਲੈਂਦੇ ਹਨ। ਇਹ ਹੈ ਆਲੇ ਦੁਆਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਖਰਾਂ ਵਿਚਕਾਰ ਛੋਟੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਖਰਾਵਾਂ। ਆਓ ਆਪਾਂ ਦਰਸ਼ਨ ਕਰੀਏ। ਬੋਲੇ ਸੁਨੇਹਾ ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨ ਕਮਲ ਦੇ ਖਰਾਂ ਚੰਦਨ ਦੇ ਬਣੇ ਹੋਏ ਹਨ। ਬੋਲੇ ਸੁਨੇਹਾ ਇਹ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਕਮਲ ਦੇ ਖਰਾਂ ਹਾਥੀ ਦੰਦੀਆਂ ਬਣੀਆਂ ਹੋਈਆਂ ਹਨ। ਇਹ ਹੈ ਭਗਤ ਕਬੀਰ ਜੀ ਦੀ ਖੱਡੀ। ਇਹਦੇ ਨਾਲ ਭਗਤ ਕਬੀਰ ਜੀ ਕਪੜਾ ਬੁਨਿਆ ਕਰਦੇ ਸਨ।
ਕਾਸੀ ਵਿੱਚ ਇੱਕ ਮਾਤਾ ਜੀ ਕੋਲ ਸੀ, ਉਹਨਾਂ ਨੇ ਤਖ਼ਤ ਸਾਹਿਬ 'ਤੇ ਭੇਟ ਕਰ ਦਿੱਤੀ। ਕਬੀਰ ਜੀ ਦੀ ਯਾਦਗਾਰ ਬਣੀ ਰਹੇ, ਅੰਦਰੀ ਪਰਿਕਰਮਾ ਕਰੋਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 15 ਸਾਲ ਅਵਸਥਾ ਚੋਲਾ ਸਾਹਿਬ ਹੈ, ਸੀਸੇ ਵਿੱਚ ਜੜਿਆ ਹੋਇਆ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਇਲਾਵਾ 5 ਗੁਰਦੁਆਰੇ ਹੋਰ ਹਨ। ਪਹਿਲਾ ਗੁਰਦੁਆਰਾ ਹੈ ਗਊਘਾਟ, ਦੂਜਾ ਗੁਰਦੁਆਰਾ ਹੈ ਕੰਗਨ ਘਾਟ, ਤੀਜਾ ਗੁਰਦੁਆਰਾ ਹੈ ਬਾਲ ਲੀਲਾ, ਚੌਥਾ ਗੁਰਦੁਆਰਾ ਹੈ ਗੁਰੂ ਕਾ ਬਾਗ, ਪੰਜਵਾਂ ਗੁਰਦੁਆਰਾ ਹੈ ਹਾਂਡੀ ਸਾਹਿਬ ਦਾਨਾਪੁਰ। ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਹੁਕਮਨਾਮੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮਨਾਮੇ ਹਨ। ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਹੁਕਮਨਾਮੇ। ਇਹ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮਨਾਮੇ। ਇਸੀ ਤਰ੍ਹਾਂ ਹੋਰ ਵੀ ਹੁਕਮਨਾਮੇ ਹਨ। ਹੁਣ ਕੜਾ ਪ੍ਰਸ਼ਾਦੀ ਦੇਗ ਵਰਤ ਰਹੀ ਹੈ ਬਿਲਾਵਲ ਦੀ ਚੌਂਕੀ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗਤ ਜੀ, ਇੱਕ ਬੇਨਤੀ ਹੈ।